ਪੈਸੇ ਦਿੰਦੇ ਹੋ ਤੁਸੀਂ ਕਿਹੜਾ ਇਹਨਾਂ ਦੀ ਕਿਚਨ ਦੇਖਦੇ ਹੋ ਜਾ ਕੇ ਉੱਥੇ ਤਾਂ ਕੋਕਰੋਚ ਚੱਲਦੇ ਸੀ ਜਿਹਨਾਂ ਉਦੋਂ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਦਿੱਤਾ ਸੀਗਾ ਅਤੇ ਉਹ ਇੰਪਰੂਵਮੈਂਟ ਨੋਟਿਸ ਤੋਂ ਬਾਅਦ ਦੇਖਿਆ ਕਿ ਬਹੁਤ ਸੁਧਾਰ ਹੈ ਉਹ ਚੈੱਕ ਕਰਨਾ ਜ਼ਰੂਰੀ ਸਮਝਿਆ ਅਸੀਂ ਇਹਨਾਂ ਨੂੰ ਚੈੱਕਿੰਗ ਵੀ ਕਰੀਏ ਅਤੇ ਉਹਦਾ ਕੋਈ ਅਸਰ ਹੋਇਆ ਅਤੇ ਜਿਹੜੀ ਚੀਜ਼ ਆਵੇ ਉਹ ਸ਼ੁੱਧ ਮਿਆਰੀ ਹੋਵੇ ਤੁਹਾਨੂੰ ਖਾਣ ਵਾਲੀ ਹੋਵੇ ਤੁਹਾਨੂੰ ਨੁਕਸਾਨ ਨਾ ਹੋਵੇ ਤੁਹਾਡੀ ਸਿਹਤ ਨਾਲ ਖਿਲਵਾੜ ਨਾ ਹੋਵੇ ਥੈਂਕ ਯੂ ਸਾਨੂੰ ਸਾਡਾ ਕੰਮ ਅੱਛਾ ਲੱਗਦਾ ਥੈਂਕ ਯੂ ਸਰਕਾਰ ਨੂੰ ਵੀ ਬਹੁਤ ਬਹੁਤ ਮੁਬਾਰਕ ਨਵਾਂ ਸਾਲ ਵੀ ਮੁਬਾਰਕ ਲੋਹੜੀਆਂ ਸਭ ਰਿਲੇਟਡ ਹੈ ਕਿੱਦਾਂ ਠੀਕ ਹੋ ਰਾਤ ਮਾਰ ਲਿਆ ਰਾਤ ਵਧੀਆ ਬਣੇਗਾ ਵਧੀਆ ਹੋ ਗਿਆ ਟਾਇਲਟ ਰਾਤ ਨਹੀਂ ਤੁਹਾਨੂੰ ਉਦੋਂ ਨੋਟਿਸ ਵੀ ਦਿੱਤਾ ਜੀ ਸਾਫ਼ ਸਫਾਈ ਥੋੜ੍ਹੀ ਹੋਰ ਕਰੋ ਇੱਥੇ ਹੈ ਨਾ ਚਲੋ ਅੱਛਾ ਭਾਪਾ ਸਾਫ਼ ਸਫਾਈ ਕਰੋ ਥੋੜ੍ਹਾ ਜਿਹਾ ਇਹਨੂੰ ਰੱਖੋ ਹਾਂ ਇੱਥੇ ਜਾਲੀ ਨੂੰ ਆਉਣਾ ਜਾਲੀ ਵਾਲਾ ਦੌਰ ਲਵਾ ਦਿਓ ਮੱਖੀ ਇੱਧਰ ਉੱਧਰ ਨਹੀਂ ਜਾਊ ਕਿਉਂਕਿ ਤੁਹਾਡੀ ਵਰਕਸ਼ਾਪ ਆ ਨਾ ਇਹਦਾ ਕਰ ਦਿਓ ਹਾਂਜੀ ਠੀਕ ਹੈ ਰਿਕਾਰਡ ਦੁੱਧ ਲੈਂਦੇ ਹੋ ਜਿਹੜਾ ਜਿਹੜਾ ਧੁੰਦਿਆ ਪਰਸਨ ਜਿਹੜਾ ਧੁੰਦਿਆ ਡੇ ਬਾਈ ਦੀ ਡੇਟ ਨੂੰ ਕਿਹੜੀ ਨੂੰ ਅਸੀਂ ਚਾਹੁੰਦੇ ਚੀਜ਼ਾਂ ਦੀ ਕੰਪਲਾਈਂਸ ਜਲਦੀ ਹੋ ਜਾਏ ਤੇ ਕੋਈ ਇੰਪਰੂਵਮੈਂਟ ਨੋਟਿਸ ਵੀ ਦੇਣੇ ਹੋ ਜਲਦੀ ਦੇਣਾ ਚਾਹੀਦਾ ਯਾਦ ਦੇ ਦੇਗੀ ਹੈ ਯਾਦ ਦੇ ਦੇਗੀ ਵਧੀਆ ਰਾਣੀ ਸੀ ਹੈ ਨਾ ਮਤਲਬ ਚਾਰ ਤੋਂ ਪਿੱਛੇ ਹੀ ਰੱਖੀ ਵਰਕਸ਼ਾਪ ਦੇ ਟਾਇਲਟ ਪਿੱਛੇ ਹੀ ਚਲੋ ਦੇਰ ਆਏ ਦਰੁਸਤ ਆਏ ਹੋ ਤਾਂ ਗਈ ਨਾ ਪਰ ਤੁਹਾਨੂੰ ਇਹ ਤੁਹਾਨੂੰ ਸਨਮਾਨ ਵੀ ਕਰਦੇ ਹਾਂ ਪਤਾ ਕਿ ਇਹ ਲਿਖਣਾ ਨਹੀਂ ਇਹ ਆਮ ਵੇਲਾ ਨਹੀਂ ਹੈ ਆਮ ਵੇਲੇ ਇਹ ਜਾ ਕੇ ਵੇਲਾ ਨਹੀਂ ਖਾਂਦੇ ਇੱਕ
ਚੀਜ਼ਾਂ ਠੀਕ ਠਾਕ ਕਰ ਲਈਆਂ ਹੋਈਆਂ ਫਿਰ ਅਸੀਂ ਤੁਹਾਨੂੰ ਤੁਹਾਡੇ ਸਮਾਈਲ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ ਅਸੀਂ ਚਾਹੁੰਦੇ ਜਿਹਨਾਂ ਲੋਕਾਂ ਨੇ ਖਾਂਦੇ ਆ ਜਿਹੜੇ ਤੁਹਾਡਾ ਖਾਂਦੇ ਉਹਨਾਂ ਦੇ ਸਮਾਈਲ ਰਹੇ ਉਹ ਵੀ ਹੱਸਦੇ ਕੁਝ ਰਹਿਣਗੇ ਸਾਨੂੰ ਸ਼ੁੱਧ ਮਿਆਰੀ ਫੂਡ ਤੁਸੀਂ ਦਿੰਦੇ ਹੋ ਬੜਾ ਚੰਗਾ ਲੱਗਾ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਮੇਰੇ ਆਪਾਂ ਫੂਡ ਸੇਫਟੀ ਟੀਮ ਮਨੀਸ਼ ਸੋਢੀ ਸਾਡੇ ਨਾਲ ਆ ਸਾਡੇ ਹਰਜੀਤ ਸਿੰਘ ਡਰਾਈਵਰ ਵੀ ਅਤੇ ਦਿਲਬਾਗ ਸਵੀਟ ਸ਼ਾਪ ਜਿੱਦਾਂ ਪਤਾ ਹੈ ਲੋਕਾਂ ਨੂੰ ਕਿ ਕਾਫੀ ਦੇਰ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਸੀ ਫੂਡ ਸੇਫਟੀ ਟੀਮ ਨੇ ਅਸੀਂ ਸਾਰਾ ਇੰਸਪੈਕਸ਼ਨ ਵੀ ਕੀਤੀ ਸਾਰਾ ਕੁਝ ਲੀਗਲ ਸੈਂਪਲ ਵੀ ਲਏ ਸੀ ਇੱਥੋਂ ਸੋ ਜਿਹੜੀਆਂ ਹੁਣ ਤਾਈਆਂ ਦੇਖੀਆਂ ਸੀ ਕੋਈ ਕਮੀਆਂ ਦੇਖੀਆਂ ਸੀ ਜਿੱਦਾਂ ਵਰਕਸ਼ਾਪ ਦੇ ਅੰਦਰ ਟੋਇਲਟ ਸੀਗੀ ਅਤੇ ਜਿੱਦਾਂ ਫਲਾਈ ਕੈਚਰ ਨਹੀਂ ਲੱਗਾ ਸੀਗਾ ਹੋਰ ਵੀ ਜਿੱਥੇ ਜਾਲੇ ਜੂਲੇ ਲੱਗੇ ਹੋਏ ਸੀਗੇ ਜਿਹੜੀ ਕਿਚਨ ਵਰਕਸ਼ਾਪ 'ਤੇ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਉਦੋਂ ਦੇ ਗਏ ਸੀਗੇ ਅਤੇ ਟਾਈਮ ਅਸੀਂ ਖੈਰ ਜ਼ਿਆਦਾ ਵੱਧ ਆਏ ਕਿਉਂਕਿ ਸਾਨੂੰ ਲੱਗਦਾ ਵੀ ਟੋਇਲਟ ਵਾਲਾ ਜਿਹੜਾ ਕੰਮ ਆ ਉਹ 2 ਹਫ਼ਤਿਆਂ ਤੋਂ ਵੱਧ ਵੀ ਲੱਗ ਸਕਦਾ ਇਸ ਕਰਕੇ ਅਸੀਂ ਥੋੜ੍ਹਾ ਸਮਾਂ ਵੱਧ ਲੈ ਕੇ ਆਏ ਹਾਂ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਦਿਲਬਾਗ ਸਵੀਟ ਸ਼ਾਪ 'ਤੇ ਖੜ੍ਹੇ ਹਾਂ ਜਿਹੜੀ ਇੱਥੇ ਜਿਹੜਾ ਇਹਨਾਂ ਨੂੰ ਇੰਪਰੂਵਮੈਂਟ ਵਾਸਤੇ ਸੁਧਾਰ ਵਾਸਤੇ ਨੋਟਿਸ ਦਿੱਤਾ ਸੀ ਇਹਨਾਂ ਨੇ ਉਹਦੀ ਕੰਪਲਾਈਂਸ ਕਰ ਲਈ ਅਤੇ ਇੰਪਰੂਵਮੈਂਟ ਵੀ ਲੱਗੀ ਆ ਸਾਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਰਫੀ ਇਹਨਾਂ ਦੀ ਮਸ਼ਹੂਰ ਆ ਅਸੀਂ ਕਹਿੰਦੇ ਵੀ ਜਿਹੜੀ ਚੀਜ਼ ਲੋਕ ਖਾਂਦੇ ਆ ਉਹਨਾਂ ਨੂੰ ਉਹ ਵੀ ਸੈਟਿਸਫਾਈਡ ਹੋਣ ਜਿੱਦਾਂ ਇਹਨਾਂ ਦੇ ਚਿਹਰੇ 'ਤੇ ਅੱਜ ਸਮਾਈਲ ਆ ਹੱਸਦੇ ਆ ਉਹ ਵੀ ਹੱਸਦੇ ਸਮਾਈਲ ਕਰਦੇ ਰਹਿਣ ਲੋਕ ਜਿਹੜੇ ਬਰਫੀ ਖਾਂਦੇ ਦੂਰ ਜਾ ਕੇ ਸੋ ਗਲਤੀ ਤਾਂ ਕਿਤੇ ਵੀ ਰਹਿ ਸਕਦੀ ਆ ਹੁਣ ਤਾਂ ਇਹ ਕਮੀ ਕਿਤੇ ਵੀ ਹੋ ਸਕਦੀ ਹੈ ਪਰ ਫੂਡ ਸੇਫਟੀ ਟੀਮ ਵੀ ਤਾਂ ਇਸੇ ਲਈ ਬੈਠੀ ਆ ਨਾ ਵੀ ਕਮੀਆਂ ਜਿਹੜੀਆਂ ਕਿਤੇ ਹੈਗੀਆਂ ਦੂਰ ਕਰ ਦਈਏ ਅਤੇ ਜਿਹੜੇ ਫੂਡ ਬਿਜ਼ਨਸ ਓਪਰੇਟਰ ਹੈ ਉਹ ਵੀ ਸੀਰੀਅਸ ਹੁਣ ਅੱਗੇ ਤੋਂ ਵੀ ਇਹਨਾਂ ਚੀਜ਼ਾਂ 'ਤੇ ਆ ਦੇਣਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੋ ਸਕਦਾ ਬਾਕੀ ਜ਼ਿਲ੍ਹਿਆਂ 'ਚ ਵੀ ਜਾਂ ਕਿਸੇ ਜ਼ਿਲ੍ਹੇ 'ਚ ਕਿਸੇ ਪਲੇਸ 'ਤੇ ਫੂਡ ਵਾਲੇ 'ਤੇ ਸ਼ਾਇਦ ਸਾਡੀ ਟੀਮ ਨਾ ਪਹੁੰਚ ਸਕੀ ਹੋਵੇ ਪਰ ਜੇ ਅਗਰ ਉਹਦੇ ਵਰਕਸ਼ਾਪ 'ਚ ਇੱਦਾਂ ਦੀ ਕੋਈ ਪੂਰਨਤਾਈ ਹੈਗੀ ਜੇ ਅੰਦਰ ਕੋਈ ਵਾਸ਼ਰੂਮ ਟੋਇਲਟ ਹੈਗੀ ਆ ਉਹਨੂੰ ਪਹਿਲਾਂ ਹੀ ਠੀਕ ਕਰ ਲਓ ਬਾਅਦ 'ਚ ਫਿਰ ਜਦੋਂ ਉਹ ਹਾਈਲਾਈਟ ਹੋ ਜਾਂਦੀਆਂ ਚੀਜ਼ਾਂ ਫਿਰ ਤੁਹਾਡਾ ਬਿਜ਼ਨਸ ਵੀ ਇਫੈਕਟ ਹੁੰਦਾ ਸਾਰਾ ਕੁਛ ਇਫੈਕਟ ਹੁੰਦਾ ਇਹਨੂੰ ਪਹਿਲਾਂ ਹੀ ਠੀਕ ਠਾਕ ਕਰ ਲਓ ਅੱਜ ਸ਼ੁਕਰੀਆ ਕਰਨਾ ਜੀ ਬੜਾ ਅੱਛਾ ਲੱਗਾ ਤੁਹਾਨੂੰ ਇੱਦਾਂ ਹੀ ਇਹਨੂੰ ਕਾਇਮ ਰੱਖਣਾ ਹੋਰ ਚੀਜ਼ਾਂ ਬੜੀਆਂ ਜਿਹੜੀਆਂ ਅਸੀਂ ਉਹ ਪੈਰਾਮੀਟਰ ਦੇਖਦੇ ਰਹਾਂਗੇ ਵੀ ਤੁਸੀਂ ਉੱਥੇ ਖਰਾ ਉਤਰਦੇ ਆ ਫੂਡ ਸੇਫਟੀ ਦੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤੁਸੀਂ ਵੀ ਚਾਹੁੰਦੇ ਹੋ ਨਾ ਬਣਾਉਣਾ ਬਿਲਕੁਲ ਹੱਥ ਮਿਲਾ ਆਪਾਂ ਰੰਗਲਾ ਪੰਜਾਬ ਬਣਾਉਣਾ ਥੈਂਕ ਯੂ